ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ। ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ 'ਤੇ 26-27 ਅਗਸਤ ਦੀ ਰਾਤ ਨੂੰ ਪਿੰਡ ਸੁਖਨਾ ਅਲਬੂ ਵਿਖੇ ਗਲ ਵੱਢ ਕੇ ਮਾਰੇ ਗਏ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਏ। ਪੁਲਿਸ ਨੇ ਪ੍ਰੇਮੀ ਨਾਲ ਮਿਲ ਕੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਏ। ਪੁਲਿਸ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਨੂੰ ਉਸਦੇ ਸਾਥੀਆਂ ਸਣੇ ਗ੍ਰਿਫਤਾਰ ਕਰ ਲਿਆ ਏ ਅਤੇ ਵਾਰਦਾਤ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਨੇ। ਪੁਲਿਸ ਨੇ ਕਿਹਾ ਕਿ ਕਾਤਲਾਂ ਨੇ ਦੱਸਿਆ ਕਿ ਭਿੰਦਰ ਸਿੰਘ ਭਿੰਦਾ ਦੇ ਮਨਜੀਤ ਕੌਰ ਨਾਲ ਪਿਛਲੇ ਕੁਝ ਸਮੇਂ ਤੋਂ ਨਜਾਇਜ਼ ਸੰਬੰਧ ਨੇ ਅਤੇ ਦੋਵੇਂ ਮ੍ਰਿਤਕ ਬਲਦੇਵ ਸਿੰਘ ਨੂੰ ਆਪਣੇ ਪ੍ਰੇਮ ਸੰਬੰਧਾਂ ਵਿੱਚ ਅੜਿੱਕਾ ਸਮਝਦੇ ਸਨ। ਇਸ ਲਈ ਭਿੰਦਰ ਸਿੰਘ ਭਿੰਦਾ ਨੇ ਆਪਣੇ ਦੋਸਤ ਗਗਨਦੀਪ ਸਿੰਘ ਗੱਗੂ ਦੀ ਮਦਦ ਨਾਲ ਅਤੇ ਮਨਦੀਪ ਕੌਰ ਦੀ ਸਹਿਮਤੀ ਨਾਲ ਬਲਦੇਵ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੁਖਨਾ ਅਬਲੂ ਦਾ ਜਿਹੜਾ ਮਰਡਰ ਹੋਇਆ ਸੀਗਾ ਕੋਈ ਅਣਪਛਾਤੇ ਵਿਅਕਤੀ ਜਿਹੜਾ ਮਰਡਰ ਕਰਕੇ ਸੀ, ਇਸ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਜਿਹੜੇ ਮਾਨਯੋਗ SSP ਸਾਹਿਬ ਸ਼੍ਰੀ ਮਨਜੀਤ ਸਿੰਘ ਢੇਸੀ ਉਹਨਾਂ ਦੀ ਜਿਹੜੇ ਅਗਵਾਈ ਹੇਠ ਜਿਹੜੀਆਂ ਵੀ ਟੀਮਾਂ ਵਰਕ ਕਰ ਰਹੀਆਂ ਸੀਗੀਆਂ ਉਹਨਾਂ ਨੂੰ ਬਹੁਤ ਵਧੀਆ ਇਹਦੇ ਵਿੱਚ ਜਿਹੜੀ ਹੈਗੀ ਉਹ ਪ੍ਰਾਪਤੀ ਹੋ ਚੁੱਕੀ ਆ। ਅਸੀਂ ਜਿਹੜਾ ਇਹ ਅਨਟ੍ਰੇਸ ਮਰਡਰ ਸੀ ਉਹਨੂੰ ਟਰੇਸ ਕਰ ਲਿਆ ਹੈਗਾ, ਉਹਦੇ ਜਿਹੜੇ ਦੋਸ਼ੀ ਵੀ ਉਹ ਗ੍ਰਿਫਤਾਰ ਕਰ ਲਏ। ਇਹਦੇ ਵਿੱਚ ਜਿਹੜੀ ਸਾਡੀਆਂ ਮੇਨ ਟੀਮਾਂ ਜਿਹੜੀਆਂ DSP ਗਿੱਦੜਵਾ, SHO ਕੋਟਭਾਈ, DSP ਸਰਦਾਰ ਜਸਮੀਤ ਸਿੰਘ ਅਤੇ ਇੰਸਪੈਕਟਰ ਸ਼ਿੰਦਰਪਾਲ ASI, ਇਹਨਾਂ ਨੇ ਕਾਫੀ ਵਧੀਆ ਮਿਹਨਤ ਕਰਕੇ ਇਸ ਜਿਹੜੀ ਅੰਨੇ ਕਤਲ ਦੀ ਗੁੱਥੀ ਆ ਉਹਨੂੰ ਵਧੀਆ ਤਰੀਕੇ ਨਾਲ ਬਹੁਤ ਜਲਦੀ ਟਾਈਮ ਦੇ ਵਿੱਚ ਸੁਲਝਾ ਲਈ ਹੈਗੀ। ਇਹਦੇ ਵਿੱਚ ਜਿਹੜਾ ਮ੍ਰਿਤਕ ਜਿਹੜਾ ਬਲਦੇਵ ਸਿੰਘ ਹੈਗਾ, ਬਲਦੇਵ ਸਿੰਘ ਦੀ 26-27 ਦੀ ਦਰਮਿਆਨੀ ਰਾਤ ਨੂੰ ਕੋਈ ਨਾਮੀ ਵਿਅਕਤੀ ਆ ਕੇ ਤੇਜ਼ ਧਾਰ ਹਥਿਆਰਾਂ ਨਾਲ ਉਹਦੀ ਗਰਦਨ ਬੁਰੀ ਤਰ੍ਹਾਂ ਵਾਰ ਕਰਕੇ 3-4 ਇੱਥੋਂ ਗਲਾ ਕੱਟ ਗਏ। ਜਿਸ ਦੇ ਸੰਬੰਧ ਦੇ ਵਿੱਚ ਮੁਕੱਦਮਾ ਨੰਬਰ 144 ਅੰਡਰ ਸੈਕਸ਼ਨ 302(34) IPC ਥਾਣਾ ਕੋਟਭਾਈ ਦਰਜ ਹੋਇਆ ਸੀਗਾ। ਮੁਕੱਦਮੇ ਦੀ ਇਨਵੈਸਟੀਗੇਸ਼ਨ ਤਫਤੀਸ਼ ਦੌਰਾਨ ਦੇ ਵਿੱਚ ਜਿਹੜੇ ਇਹਦੇ ਮੁੱਖ ਦੋਸ਼ੀ ਆ ਉਹ ਗਗਨਦੀਪ ਸਿੰਘ, ਭਿੰਦਰ ਸਿੰਘ ਅਤੇ ਮਰਨ ਵਾਲੇ ਬਲਦੇਵ ਸਿੰਘ ਦੀ ਜਿਹੜੀ ਪਤਨੀ ਆ ਉਹਦੀ ਹੀ ਸਾਰੀ ਸਾਜਿਸ਼ ਜਿਹੜੀ ਹੈਗੀ ਆਪਣੇ ਘਰ ਵਾਲੇ ਨੂੰ ਜਿਹੜੀ ਹੈ ਇਹ ਨਿਕਲੀ ਹੈਗੀ, ਜਿਨ੍ਹਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈਗਾ। ਮੌਕੇ 'ਤੇ ਵਰਤੀ ਗਈ ਜਿਹੜੀ ਗੰਡਾਸੀ ਹਥਿਆਰ ਸੀ ਕਾਪਾ ਜਿਹਦੇ ਉਹਦੇ 'ਤੇ ਮਾਰਿਆ ਸੀਗਾ ਇਹਨਾਂ ਨੇ, ਉਸ ਰਾਤ ਨੂੰ ਜਿਹੜਾ ਮਰਨ ਵਾਲਾ ਬਲਦੇਵ ਸਿੰਘ ਸੀਗਾ ਉਹਦੀਆਂ ਲੱਤਾਂ ਇਹਨੇ ਭਿੰਦਰ ਸਿੰਘ ਉਸ ਭਿੰਦੇ ਨੇ ਲੱਤਾਂ ਫੜੀਆਂ ਅਤੇ ਜਿਹੜਾ ਮਨਦੀਪ ਸੀਗਾ ਗਗਨਦੀਪ ਉਹਨੇ ਉਹਦੇ ਗਲ 'ਤੇ ਵਾਰ ਕੀਤੇ ਹੈਗੇ, ਮਾਰ ਕਰਨ ਤੋਂ ਬਾਅਦ ਭੱਜ ਗਏ ਸੀਗੇ। ਕੋਈ ਕਾਰਨ ਦੱਸਿਆ ਸਰ ਇਹਨਾਂ ਨੇ? ਇਹ ਕਾਰਨ ਇੱਦਾਂ ਹੈਗਾ ਜਿਹੜਾ ਇਹ ਪਿੰਡਾ ਹੈਗਾ ਇਹਦੇ ਜਿਹੜੀ ਮਨਦੀਪ ਕੌਰ ਹੈਗੀ ਆ ਮਰਨ ਵਾਲੇ ਦੀ ਜਿਹੜੀ ਪਤਨੀ ਆ ਉਹਦੇ ਨਾਲ ਉਹਦੇ ਨਜਾਇਜ਼ ਸੰਬੰਧ ਸੀਗੇ ਅਤੇ ਉਹਦੀ ਪਤਨੀ ਹੀ ਉਹਨੂੰ ਉਕਸਾਉਂਦੀ ਸੀ ਕਿ ਤੂੰ ਇਹਦਾ ਕੰਡਾ ਕੱਢ ਦੇ, ਮਤਲਬ ਕਿ ਇਹਨੂੰ ਮਾਰ। ਇਸ ਤਰੀਕੇ 'ਚੋਂ ਇਹਨਾਂ ਦੇ ਹੈਗਾ ਜੀ ਜਿਹੜਾ ਪਿੰਡਾ ਹੈਗਾ ਇਹ ਇਹਨਾਂ ਦੇ ਮਾਸੀ ਦਾ ਪੁੱਤਰ ਹੈਗਾ। ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ TV ਕਰੇਗਾ ਸੱਚ ਦਾ ਖੁਲਾਸਾ।
ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।